ਵਾਹਿਗੁਰੂ ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆ ਪੰਡਤ ਪੰਡਤ ਜਲ ਮੂਏ ਮੂਰਖ ਉਬਰੇ ਭਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਵਿਤਾ ਰੱਬ ਕੋ ਪ੍ਰਕਾਸ਼ ਪਾਏ ਲੋਚਨ ਬੋ ਲੋਕ ਰੂਪ ਐਸੇ ਰੱਬ ਬ੍ਰਹਮ ਕੋ ਪ੍ਰਕਾਸ਼ ਸਭ ਦਾਤਨ ਜੈਸੇ ਇੱਕ ਸ਼ਾਂਤ ਮਾਜ ਮਨ ਗਨ ਕੋਈ ਅਤ ਤੈਸੇ ਇੱਕ ਚੇਤਨ ਬੁੱਧਨ ਮਗਾਤਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅਤੇ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਖਾਲਸਾ ਸਤਸੰਗ ਜੀਓ ਅਧਿਆਤਮ ਪ੍ਰਕਾਸ਼ ਇਹ ਗ੍ਰੰਥ ਜਿਹਨੂੰ ਪੜ੍ਹ ਕੇ ਸੁਣ ਕੇ ਕੁਛ ਅਧਿਆਤਮ ਦੀ ਸੋਝੀ ਹੁੰਦੀ ਹੈ, ਪਰ ਗੁਰੂ ਕਿਰਪਾ ਸਦਕਾ ਜਦੋਂ ਪਾਤਸ਼ਾਹ ਨਾਮ ਜਪਾਉਂਦੇ ਹਨ ਉਦੋਂ ਹੀ ਪੂਰਨ ਸੋਝੀ ਹੁੰਦੀ ਹੈ। ਗੁਰ ਕਿਰਪਾ ਜੇ ਨਰਕੋ ਕੀ ਨਹੀਂ ਅਤੇ ਇਹ ਜੁਗਤ ਪਛਾਣੀ ਨਾਨਕ ਦੀਨ ਪਿਓ ਗੋਬਿੰਦ ਸਿਓ ਜਿਉਂ ਪਾਨੀ ਸੰਗ ਪਾਨੀ। ਆਓ ਪਾਤਸ਼ਾਹ ਕਿਰਪਾ ਕਰਨ ਅਧਿਆਤਮ ਪ੍ਰਕਾਸ਼ ਗ੍ਰੰਥ ਦੇ 132 ਬੰਦ ਆਪ ਜੀ ਨੇ ਸ਼ਰਵਣ ਕਰ ਲਏ ਹਨ। 133ਵਾਂ ਬੰਦ ਆਰੰਭ ਹੋ ਰਿਹਾ ਹੈ, ਆਓ ਸ਼ਰਵਣ ਕਰੀਏ ਜੀ। ਰੱਬ ਕੋ ਪ੍ਰਕਾਸ਼ ਪਾਏ ਲੋਚਨ ਬੋ ਲੋਕ ਰੂਪ। ਰੱਬ ਕਹਿੰਦੇ ਸੂਰਜ, ਸੂਰਜ ਦਾ ਪ੍ਰਕਾਸ਼ ਪਾ ਕੇ ਇਹ ਅੱਖਾਂ ਵੇਖਦੀਆਂ ਨਾ ਕਿਸੇ ਰੂਪ ਨੂੰ, ਹਨੇਰੇ 'ਚ ਕੀ ਵੇਖ ਸਕਣਗੀਆਂ? ਜੇ ਰਾਤ ਨੂੰ ਹਨੇਰਾ ਹੀ ਹੈ ਅੱਖਾਂ ਤਾਂ ਖੁੱਲੀਆਂ ਹੁੰਦੀਆਂ, ਅੱਖਾਂ ਦਾ ਰੂਪ ਹੈ ਹੀ ਹੈ, ਅੱਖਾਂ ਦੇ ਸਾਹਮਣੇ ਕੋਈ ਚੀਜ਼ ਪਈ ਹੈ ਕਿਵੇਂ ਦੇਖੇਗੀ? ਵੇਖੀਏ ਸੂਰਜ ਨਾਲ ਨਾ, ਸੂਰਜ ਦਾ ਪ੍ਰਕਾਸ਼ ਪਾ ਕੇ ਅੱਖਾਂ ਵੇਖਦੀਆਂ ਹਨ। ਇਸੇ ਤਰ੍ਹਾਂ ਜੋ ਰੱਬ ਵਾਹਿਗੁਰੂ ਬ੍ਰਹਮ ਹੈ, ਜੈਸੇ ਰੱਬ ਬ੍ਰਹਮ, ਰਵੀ ਜੋ ਬ੍ਰਹਮ ਸੂਰਜ ਬ੍ਰਹਮ ਪਰਮਾਤਮਾ ਹੈ, ਉਹਦਾ ਪ੍ਰਕਾਸ਼ ਹਰ ਚੀਜ਼ ਵਿੱਚ ਹੈ, ਹਰ ਚੀਜ਼ ਵਿੱਚ ਉਹਦਾ ਪ੍ਰਕਾਸ਼ ਹੈ। ਜਿੱਥੇ ਵੀ ਦੇਖ ਲਓ ਸ਼ਬਦ ਆਦਿ ਸ਼ਬਦਾਤ ਕਹਿੰਦੇ, ਸ਼ਬਦ ਸਪਰਸ਼ ਰੂਪ ਰਸ ਗੰਧ ਸਾਰਿਆਂ ਵਿੱਚ ਹੁੰਦਾ, ਅੱਖਾਂ ਵੇਖਦੀਆਂ ਕੰਨ ਸੁਣਦੇ ਹਨ ਅਤੇ ਹਰ ਚੀਜ਼ ਵਿੱਚ ਉਹਦਾ ਪ੍ਰਕਾਸ਼ ਹੈ। ਜਿਵੇਂ ਇੱਕ ਸੂਤ ਧਾਗੇ ਵਿੱਚ ਮਨ ਗਣ ਅਨੇਕਾਂ ਮਣੀਆਂ ਪਰੋਈਆਂ ਜਾਂਦੀਆਂ ਹਨ, ਇਸੇ ਤਰ੍ਹਾਂ ਇੱਕ ਚੇਤਨ ਬੁੱਧ ਮਨ ਅਤੇ ਗਾਤ ਸਾਰੇ ਸਰੀਰ ਚੱਲਦਾ, ਕੋਈ ਚੇਤਨ ਸਾਰੇ ਘੁੰਮਦਾ ਨਾ, ਉਹੀ ਚੇਤਨ ਕਹਿੰਦੇ ਹਰ ਸਰੀਰਾਂ ਵਿੱਚ ਘੁੰਮਦਾ। ਦੂਜਾ ਭਾਵ ਹੈ ਇੱਕੋ ਚੇਤਨ ਜਿਵੇਂ ਸਾਡੇ ਅੰਦਰ ਹੈ ਨਾ, ਉਹੀ ਇੱਕੋ ਚੇਤਨ ਹਰ ਸਰੀਰਾਂ ਵਿੱਚ ਘੁੰਮਦਾ ਹੈ। ਸਭ ਨਾਲ ਇੱਕੋ ਹੀ ਹੈ, ਸਭ ਤੋਂ ਨਿਆਰਾ ਵੀ ਉਹ ਵਾਹਿਗੁਰੂ ਹੈ। ਸਭ ਤੋਂ ਨਿਆਰਾ ਕਿਵੇਂ? ਜਿਵੇਂ ਆਕਾਸ਼ ਸਭ ਦੇ ਵਿੱਚ ਵੀ ਹੈ, ਸਭ ਤੋਂ ਅਸੰਗ ਵੀ ਹੈ ਨਾ। ਗਗਨ ਸਮਾਨ ਨਾ ਮਿਲਤ ਕਹੂੰ ਕਾਹੂੰ ਬਾਤ ਮੈਂ, ਗਗਨ ਆਕਾਸ਼ ਵਾਂਗ ਕਿਸੇ ਵਿੱਚ ਨਹੀਂ ਮਿਲਦਾ, ਸਭ ਤੋਂ ਨਿਆਰਾ ਹੈ। ਐਸਾ ਵਾਹਿਗੁਰੂ ਅੱਜ ਅਜਨਮਾ ਹੈ, ਅਵਿਨਾਸ਼ੀ ਹੈ, ਕਦੀ ਖਤਮ ਨਹੀਂ ਹੁੰਦਾ, ਪਰਿਪੂਰਨ ਪ੍ਰਕਾਸ਼ੀ ਹਰ ਥਾਂ ਪੂਰਨ ਪ੍ਰਕਾਸ਼ਮਾਨ ਹੈ ਵਾਹਿਗੁਰੂ। ਸੁਖਦੇਵ ਸੁਖ ਰਾਸੀ ਐਸੋ ਨਿਤ ਗਨ ਆਤਮ। ਕਵੀ ਸੁਖਦੇਵ ਜੀ ਕਹਿੰਦੇ ਹਨ ਸੁੱਖਾਂ ਦਾ ਰਾਸੀ ਵਾਹਿਗੁਰੂ ਤੇ ਐਸੋ ਇਸ ਤਰ੍ਹਾਂ ਦਾ ਹੈ, ਨਿਤ ਮੈਂ ਉਹਨੂੰ ਯਾਦ ਕਰਦਾ ਆਪਣੇ ਆਤਮ ਹਿਰ ਦੇ ਵਿੱਚ। ਕਵਿਤ ਸਤ ਚਿਤ ਆਨੰਦ ਸਰੂਪ ਏਕ ਆਤਮਾ ਕੋ। ਆਤਮ ਦਾ ਸਰੂਪ ਕੈਸਾ? ਸਤ ਚਿਤ ਆਨੰਦ ਸਰੂਪ ਹੈ ਆਤਮਾ ਦਾ। ਸਤ ਜੋ ਕਦੀ ਖਤਮ ਨਹੀਂ ਹੁੰਦਾ, ਤ੍ਰਈਕਾਲ ਆਬਾਦ, ਚਿਤ ਜੋ ਚੇਤਨ ਹੈ ਜੜ ਨਾ ਹੋਵੇ ਤੇ ਆਨੰਦ ਸਰੂਪ ਹੈ ਆਤਮਾ ਦਾ। ਬਿੰਬ ਭਰਿਓ ਬੁੱਧਨ ਅਨੇਕ ਲਖੀ ਯਤ ਹੈ। ਜਦੋਂ ਖਾਲਸਾ ਜੀ ਬਿੰਬ ਭਰਿਓ, ਉਹ ਆਤਮਾ ਦਾ ਬਿੰਬ ਕਹਿ ਲਓ, ਅੱਗੇ ਪਰਛਾਵਾਂ ਪੈਂਦਾ ਨਾ ਅਨੇਕਾਂ ਜੀਵਾਂ ਵਿੱਚ ਅਤੇ ਦੁਨੀਆ ਅਨੇਕ ਜਾਣਦੀ ਹੈ। ਬਿੰਬ ਕਹਿੰਦੇ ਖਾਲਸਾ ਜੀ ਬਿੰਬ ਅਤੇ ਪ੍ਰਤੀਬਿੰਬ, ਕਿ ਜਦੋਂ ਪ੍ਰਤੀਬਿੰਬ ਪੈਂਦਾ ਬੁੱਧੀਆਂ ਵਿੱਚ, ਪੜਦਾ ਪੈਂਦਾ ਅਤੇ ਉਸ ਪੜਦੇ ਕਰਕੇ ਫਿਰ ਪ੍ਰਤੀਬਿੰਬ ਅਨੇਕ ਹੀ ਬਣ ਜਾਂਦੇ ਆ। ਬਿੰਬ ਭਰਿਓ ਬੁੱਧਨ ਮੈਂ ਬੁੱਧਨ ਅਨੇਕ ਲਖੀਅਤ ਹੈ, ਆਤਮਾ ਸਾਚਿਤ ਹੈ। ਜਦੋਂ ਕਿਸੇ ਸਰੀਰ ਵਿੱਚ ਉਹਦਾ ਪ੍ਰਵੇਸ਼ ਹੁੰਦਾ ਤੇ ਬੁੱਧੀ ਰਾਹੀਂ ਹੋਰ ਅਗਿਆਨ ਦੇ ਪਰਦੇ ਰਾਹੀਂ ਉਹਨੂੰ ਅਨੇਕ ਜਾਣਿਆ ਜਾਂਦਾ ਹੈ। ਹੁਣ ਇਸ ਨੂੰ ਗੱਲ ਨੂੰ ਖੋਲ ਰਹੇ ਹਨ, ਜਿਵੇਂ ਸੂਰਜ ਇੱਕ ਹੈ, ਜੈਸੇ ਰੱਬ ਏਕ ਕੋ
अनेक सो घटन माज घड़े हन अनेक पे हो जल के प्रकाश न्यारे न्यारे पेखी अत ते हर घड़े च पानी होवे ते उत्तों देखो सूरज हर घड़े च नजर आउंदा है। इस तरह वाहेगुरु उपाधि करके सारे विच वखरा वखरा नजर आउंदा है। उपाधि घड़े तोड़ दो कड़ा उपाधि है ना, उपाधि कर दो खत्म, जीवां दी उपाधि है खत्म, इस करके वखरा नजर आ रहा उपाधि करके। कर्मण के बस जीव दुख सुख भोग करे ते कर्मा दे बस जीव वखरे वखरे दुख सुख भोगदे। हुण कहिंदे रब सारे विच है ते एक नूं सुख मिलदा दूजे नूं दुख मिलदा है, एक सुखी दूजा दुखी है, एक आनंदी च दूजा बड़ा व्याकुल है। उहदा कारण है कर्मा दे बस जीव नूं सुख दुख मिलदा है, ਉਹ ਸੁੱਖ ਦੁੱਖ ਭੋਗਦੇ ਹਨ। ਨੀਚ ਉੱਚ ਮੱਧ ਜੋਨ ਮਾਜ ਰੇਖੀਅਤ ਨੀਵਾਂ ਉੱਚਾ ਕੋਈ ਉੱਚਾ ਗਰੀਬ ਨੀਵਾਂ ਹੁੰਦਾ ਹੈ, ਭਾਵ ਕੋਈ ਨਿਵ ਜਾਤੀ ਕੋਈ ਉੱਚ ਜਾਤੀ ਹੈ, ਕੋਈ ਮੱਧ ਭਾਵ ਵਿਚਕਾਰ ਕਈ ਅਤੇ ਵੱਖਰੀ ਵੱਖਰੀ ਜੋਨਾਂ ਵਿੱਚ ਅਸੀਂ ਦੇਖਦੇ ਹਾਂ। ਪਾਵਨ ਕੇ ਬਸ ਜੈਸੇ ਸਰ ਵਰ ਮੱਧ ਜਲ ਜਿਵੇਂ ਕਿਸੇ ਤਲਾਬ ਸਰੋਵਰ ਦੇ ਵਿੱਚ ਜਿਹੜੀਆਂ ਹਵਾ ਕਰਕੇ ਤਰੰਗਾਂ ਹੁੰਦੀਆਂ ਨਾ, ਪਵਨ ਕੇ ਬਸ ਉਹ ਹਵਾ ਦੇ ਬਸ ਚੱਲਦੀਆਂ ਹਨ। ਚੰਚਲ ਹਵੇ ਕਹੂੰ ਕਹੂੰ ਥਿਰ ਦਿਖੀ ਅਤ ਜਦੋਂ ਹਵਾ ਚੱਲਦੀ ਚੰਚਲ ਉਹ ਤਿਰੰਗਾ ਉੱਡਦੀ ਹੈ, ਕਿਸੇ ਥਾਂ 'ਤੇ ਪਾਣੀ ਟਿੱਕਿਆ ਹੁੰਦਾ ਨਾ। ਇਸੇ ਤਰ੍ਹਾਂ ਹੈ ਕਿ ਸਭਨਾ ਵਿੱਚ ਉਹ ਵਾਹਿਗੁਰੂ ਚੇਤਨ ਹੈ। ਕਈਆਂ ਨੂੰ ਉਹਨੇ ਗਰੀਬ ਬਣਾਤਾ, ਕਈਆਂ ਨੂੰ ਵੀਰ ਬਣਾਤਾ ਹੈ, ਕਈਆਂ ਨੂੰ ਟਿਕਾ ਲਿਆ, ਕਈਆਂ ਨੂੰ ਉਹਨੇ ਭਰਮਾਇਆ ਹੋਇਆ ਹੈ। ਕਵਿਤ ਡੀਡ ਕੋਚ ਪਾਵੇ ਕਨ ਅੱਗ ਜਨ ਪਾਣ ਛਪੇ ਹਾਂ ਡੀਠ ਡੀਠ ਕਹਿੰਦੇ ਨਿੱਘਾ ਨਿੱਘਾ ਸੇਕ ਜਾ ਡੀਟ ਕੋ ਛੁਪਾਵੇ ਕੰਨ ਜਦੋਂ ਠੰਡ ਹੋਵੇ ਨਾ ਅਤੇ ਸੂਰਜ ਚੜਿਆ ਹੋਵੇ ਅਤੇ ਨਿੱਘਾ 'ਚ ਲੱਗਦਾ ਭਾਵ ਗਰਮੈਸ਼ ਤਪਸ਼ ਅਤੇ ਉੱਤੇ ਬੱਦਲ ਅੱਗੇ ਆ ਜਾਣ ਅਤੇ ਅੱਗ ਜਾਣਾ ਮੂਰਖ ਜਾਣਦਾ ਹੈ ਕਿ ਸੂਰਜ ਛੱਪ ਗਿਆ ਹੈ। ਐਸੇ ਐਸੇ ਸ਼ੁੱਧ ਆਤਮਾ ਕੋ ਬੰਧ ਹੋਣ ਮਾਨਿਓ ਅਤੇ ਇਸੇ ਤਰ੍ਹਾਂ ਸ਼ੁੱਧ ਆਤਮਾ ਨੂੰ ਠੀਕ ਹੈ ਨਾ ਬੰਦ ਉਹਨ ਮਾਨਿਓ ਹੈ, ਲੋਕਾਂ ਨੇ ਸਮਝ ਲਿਆ ਵੀ ਉਹਨੂੰ ਕਿਸੇ ਨੇ ਬੰਨਿਆ ਹੋਇਆ ਹੈ, ਭਾਵ ਕਾਬੂ ਕੀਤਾ ਹੋਇਆ, ਬੰਧਨ 'ਚ ਪਾਇਆ ਹੋਇਆ, ਅਨੁਮਾਨ ਲਗਾ ਲੋਕਾਂ ਨੇ ਲਗਾ ਲਿਆ ਹੈ। ਕਹਿ ਸੁਖਦੇਵ ਜੈਸੇ ਸਵੇਤ ਮਨ ਮੈਂ ਨਾ ਰੰਗ ਕਵੀ ਸੁਖਦੇਵ ਜੀ ਕਹਿੰਦੇ ਜਿਵੇਂ ਸਵੇਤ ਚਿੱਟੀ ਮਣੀ 'ਚ ਨਾ ਸਫੇਦ ਮਣੀ 'ਚ ਉਹਦਾ ਆਪਣਾ ਰੰਗ ਕੋਈ ਹੁੰਦਾ ਹੀ ਨਹੀਂ। ਪਾਸ ਧਰੇ ਜਾ ਕੇ ਤਾਂ ਕੋ ਰੰਗ ਮੋਣੋ ਸਾਨੇ ਉਹਨੂੰ ਸਪਟਕ ਮਣੀ ਵੀ ਕਹਿੰਦੇ ਆ, ਜਿਵੇਂ ਦਾ ਨਾਲ ਧਰੋਗੇ ਉਵੇਂ ਦਾ ਰੰਗ ਬਣ ਜਾਏਗਾ ਉਹਦਾ, ਆਪਣਾ ਰੰਗ ਕੋਈ ਨਹੀਂ ਉਹਦਾ, ਜਿਵੇਂ ਦਾ ਨਾਲ ਜੋੜੋਗੇ ਉਵੇਂ ਦੀ ਬਣ ਜਾਵੇਗੀ। ਜੈਸੇ ਜਲ ਮੱਧ ਪਰੈ ਚੰਦ ਪ੍ਰਤੀਬਿੰਬ ਜਾਏ ਜਿਵੇਂ ਜਲ ਪਾਣੀ ਦੇ ਵਿੱਚ ਚੰਦਰਮਾ ਦਾ ਪ੍ਰਤੀਬਿੰਬ ਜਾ ਕੇ ਪੈਂਦਾ ਹੈ। ਜਲ ਕੇ ਹਲਤ ਹੀ ਹਲਤ ਵਹਿ ਜਾਣਿਓ ਹੈ, ਜਲ ਦੇ ਹਿਲਦੇ ਹੀ ਉਹ ਹਿਲਦੀ ਹੈ। ਸਮਝ ਲਓ ਚੰਦਰਮਾ ਦਾ ਪ੍ਰਤੀਬਿੰਬ ਪਾਣੀ 'ਚ ਪੈ ਰਿਹਾ, ਪਾਣੀ ਹਿਲਦਾ, ਇਸ ਕਰਕੇ ਚੰਦਰਮਾ ਹਿਲਦਾ, ਉਹਦਾ ਹਿਲਦਾ ਨਹੀਂ, ਪਾਣੀ ਹਿਲਦਾ ਨਾ। ਇਸੇ ਤਰ੍ਹਾਂ ਬੰਦੇ ਦੀ ਕਹਿ ਲਓ ਬੁੱਧੀ ਹਿਲਦੀ ਹੈ, ਬੰਦੇ ਦੇ ਖਿਆਲ ਹਿਲਦੇ ਨੇ, ਪਰਮਾਤਮਾ ਆਤਮ ਰੂਪ ਨਹੀਂ ਹਿਲਦਾ। ਐਸੋ ਜਲ ਬੁੱਧ ਮਾਜ ਦੇਖ ਪ੍ਰਤੀਬਿੰਬ ਚਿੱਤ ਇਸੇ ਤਰ੍ਹਾਂ ਜਲ ਵਾਂਗ ਬੰਦੇ ਆਪਣੀ ਬੁੱਧੀ 'ਚ ਦੇਖ ਜਿਹੜਾ ਪ੍ਰਤੀਬਿੰਬ ਪੈ ਰਿਹਾ ਵਾਹਿਗੁਰੂ ਦਾ। ਮੂੜਨ ਲੈ ਬ੍ਰਹਮ ਕੋ ਜਗਤ ਮਾਜ ਆਨਿਓ ਹੈ, ਮੂਰਾਂ ਨੇ ਮੂਰਖਾਂ ਨੇ ਸੋਚ ਲਿਆ ਵੀ ਪਰਮਾਤਮਾ ਜਗਤ ਵਿੱਚ ਸਾਡੇ ਵਾਂਗ ਦੁਖੀ ਸੁਖੀ ਹੁੰਦਾ ਹੈ, ਉਹਨੂੰ ਮੰਨ ਲਿਆ। ਰੱਬ ਦੁਖੀ ਸੁਖੀ ਨਹੀਂ ਹੁੰਦਾ, ਉਹ ਆਨੰਦ ਵਿੱਚ ਲੀਨ ਹੈ। ਪਰ ਮੂਰਖਾਂ ਨੇ ਉਸ ਨੂੰ ਕਹਿ ਲਓ ਪ੍ਰਤੀਬਿੰਬ ਵਾਂਗ ਦੁੱਖ ਸੁੱਖ ਵਾਲਾ, ਹਿੱਲਣ ਵਾਲਾ ਅਤੇ ਹੋਰ ਅਨੇਕ ਤਰ੍ਹਾਂ ਦਾ ਉਹਨੂੰ ਸਮਝ ਲਿਆ ਹੈ। ਪਰ ਆਤਮਾ ਅੱਜ ਅਵਿਨਾਸ਼ੀ ਹੈ, ਉਹ ਨਿਆਰੀ ਹੈ, ਉਹ ਸੁੱਖ ਦੁੱਖ ਤੋਂ ਵੀ ਅਸੰਗ ਹੈ। ਇਹ ਪਾਤਸ਼ਾਹ ਸਾਨੂੰ ਸਿੱਖਿਆ ਦੇ ਰਹੇ ਹਨ, ਸਾਡੇ ਹਿਰਦੇ ਵਿੱਚ ਵੀ ਇਹ ਗਿਆਨ ਆਵੇ ਅਤੇ ਆਤਮ ਚਿੰਤਨ ਹੋਵੇ। ਇਤਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ। ਅੱਖਰਵਾਦ ਘਾਟ ਭੁੱਲ ਚੁੱਕ ਦਿਖਿਮਾ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।